ਚਲੋ ਗਾਇਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਟੂ ਨਿਊ ਵਲੌਗ। ਅਤੇ ਅੱਜ ਆਪਾਂ ਨੂੰ ਆਇਆ ਨਵਾਂ ਵਿਆਹ, ਅਤੇ ਵਿਆਹ 'ਤੇ ਚੱਲੇ ਸਾਰੇ ਜਾਣੇ, ਅਤੇ ਰਮਨ ਹੁਣੀ ਤਾਂ ਪਟਿਆਲੇ ਗਏ ਹੋਏ ਆ, ਅਤੇ ਦੇਖੋ ਸਾਰੇ ਜਾਣੇ ਤਿਆਰ ਆ ਬਾਈ। ਨਹੀਂ ਅਸੀਂ ਤਿਆਰ ਹੀ ਆ ਹੁਣ, ਜਲਦੀ ਜਲਦੀ ਤਿਆਰ ਹੋ ਜਾ। ਹਾਂ ਗੁਲਾਬ ਜਾਮੁਨ ਕਾਲੇ ਚਿੱਟੇ ਲੱਗਣੇ, ਬਸ ਉਹ ਕਿਹੜਾ ਖੜਾ, ਜਲਦੀ ਬੋਲ ਲਿਖਣਾ ਨਾ ਉਹਨਾਂ ਨੇ। ਫ੍ਰੈਂਚ ਫ੍ਰਾਈਜ਼ ਵੀ ਆ ਗਿਆ, ਉਹ ਵੀ ਹੈਗੇ ਆ। ਹਾਂ ਫਿਰ ਫ੍ਰੈਂਚ ਫ੍ਰਾਈ ਖਾਊਗਾ ਜਾਦੂ, ਬਸ ਇਕੱਲੇ ਉਹ ਹੀ ਨਾ, ਇਕੱਲੇ ਉਹ ਨਹੀਂ। ਹਾਂ ਫ੍ਰੈਂਚ ਫ੍ਰਾਈ ਹੋਰ ਕਿਉਂ ਆ, ਇਹ ਇੱਕ ਕਾਲਾ ਗੁਲਾਬ ਜਾਮੁਨ ਤੇਰੇ ਨਾਮ ਤੇ। ਹਾਂ ਇੱਕ ਤਿਆਰ ਕਰਕੇ ਲੈ ਜਾਈਏ, ਤੇ ਫੇਰ ਜਾ ਕੇ ਇੱਥੇ ਚੈਲੰਜ ਕਰਾਂਗੇ। ਕੁਛ ਵੀ ਚੱਲੂ, ਲੈ ਬਾਈ ਗੁਲਾਬ ਜਾਮੁਨ ਵਗੈਰਾ ਖਾ ਲਏ ਸਾਰੇ ਜਾਣੇ, ਇੱਥੇ ਖਾਂਦੇ ਪਏ ਆ। ਜਿਸ ਕਾਰਨ ਖਾਣ ਲੱਗਾ ਮਿੱਠਾ, ਠੀਕ ਆ, ਤੇ ਕੀ ਆ ਖਾਣ ਚ? ਗੁਲਾਬ ਜਾਮੁਨ ਖਾਧਾ ਤੁਸੀਂ? ਬਸ ਭੁੱਖ ਲੱਗੀ ਹੋਈ ਸੀਗੀ, ਤੇ ਜਿਮ ਤੋਂ ਬਾਅਦ ਤਿਆਰ ਹੋ ਗਏ, ਤੇ ਤਿਆਰ ਹੋ ਕੇ ਵਿਆਹ ਤੇ ਆ ਗਏ, ਤੇ ਫਿਰ ਇੱਥੇ ਜਾ ਕੇ ਅਸੀਂ ਪਕੌੜੇ ਖਾਧੇ ਤੇ ਗੁਲਾਬ ਜਾਮੁਨ ਖਾਧੇ। ਠੀਕ ਹੈ, ਚਲੋ ਭੁੱਖ ਤਾਂ ਮਿਟੇ, ਫਿਰ ਅਸੀਂ ਪਹਿਲਾਂ ਖਾ ਹੀ ਲਿਆ ਅੱਜ, ਵਿੱਚੋਂ ਵਿੱਚੋਂ ਫਿਰ ਚੀਟ ਮੀਲ ਹੁੰਦੀ ਰਹਿੰਦੀ ਆ। ਚਲੋ ਬਈ, ਹੁਣ ਬਾਹਰ ਆ ਕੇ ਖਾ ਪੀ ਕੇ ਧੁੱਪੇ ਬਹਿ ਗਏ ਅਸੀਂ, ਵੀ ਚਲੋ ਧੁੱਪ ਸੇਕ ਲਗੇ। ਲੈ ਲਓ ਬਈ, ਕਿਹੜੀ ਆ, ਟਿੱਕੀ ਆ, ਖਾਣੀ ਕਿ ਨਹੀਂ ਵੇਖ ਲਓ। ਫਰੂਟ ਐ ਕਰੋ, ਪੌਪਕੋਰਨ ਲਿਆ ਜਾ। ਚੱਲ ਬਈ, ਹੁਣ ਪੀਨੇ ਆ ਜੂਸ। ਹੈਂ, ਉਧਰੋਂ ਇੱਕ ਹੋਰ ਗਲਾਸੀ ਫੜ। ਕੀ ਆ, ਜੂਠੇ ਤਾਂ ਨਹੀਂ ਆ? ਨਹੀਂ ਸਹੀ ਆ ਕਹਿੰਦਾ। ਇੱਕ ਬੰਨੇ ਅਸੀਂ ਵਿਆਹ ਵੇਖਦੇ ਪਏ ਸੀ, ਤੇ ਦੂਸਰੇ ਬੰਨੇ ਰਮਨ ਹੁਣੀ ਪਟਿਆਲਿਓਂ ਵਾਪਸ ਆਉਂਦੇ ਪਏ ਸੀ ਘਰ ਵੱਲ ਨੂੰ, ਤੇ ਉਹਨਾਂ ਨੇ ਵੀ ਥੋੜ੍ਹਾ ਬਹੁਤਾ ਵਲੌਗ ਸਾਡੇ ਨਾਲ ਸ਼ੇਅਰ ਕੀਤਾ, ਤੇ ਆਹ ਉਹ ਹੀ ਆ ਰਮਨ ਹੁਣੀ ਆਉਂਦੇ ਪਏ ਸੀ, ਉਹਨਾਂ ਨੇ ਵਲੌਗ ਬਣਾਇਆ ਸੀਗਾ, ਤੇ ਮੈਂ ਕਿਹਾ ਚਲੋ, ਉਹਨਾਂ ਨੇ ਮਤਲਬ ਬੋਲੇ ਨਹੀਂ ਸੀ ਕੁਛ, ਮੈਂ ਕਿਹਾ ਚਲੋ ਵਾਇਸ ਓਵਰ ਕਰ ਦਈਏ। ਰਸਤੇ 'ਚ ਰੋਹ ਪੀਣ ਦਾ ਤਾਂ ਗੈਸ ਵੱਖਰਾ ਹੀ ਮਜ਼ਾ, ਅਤੇ ਰਮਨ ਹੁਣੀ ਵੀ ਰੁਕੇ ਸੀਗੇ, ਅਤੇ ਉਹਨਾਂ ਨੇ ਉੱਥੇ ਰੋਹ ਪੀਤੀ ਸੀ, ਥੋੜ੍ਹਾ ਜਿਹਾ ਵਲੌਗ ਉਹਨਾਂ ਨੇ ਬਣਾਇਆ ਸੀ। ਕੀ ਪੀਣ ਲੱਗੇ ਤੁਸੀਂ? ਕੋਕ ਪੀਣ ਲੱਗੇ ਹੋ? ਅੱਛਾ, ਗੰਨੇ ਦਾ ਰਸ ਪੀਣ ਲੱਗੇ। ਹਿਆਨ ਕੀ ਪੀਣ ਲੱਗਾ? ਹਿਆਨ ਹਿਆਨ ਰਸ ਪੀਣ ਲੱਗਾ ਜੀ। ਉਹ ਫੜੋ ਰਮਨ, ਲੈਣਾ ਨੀ ਤੁਸੀਂ ਹੋਰ? ਕਿੱਦਾਂ ਲੱਗਾ? ਕਿੱਦਾਂ ਲੱਗਾ?
ਪਤਾ ਹੀ ਨਹੀਂ ਇਹਨੇ ਲੈ ਕੀਤਾ ਇੱਥੋਂ ਲੈ ਲਾ ਪੀਲਾ ਪੁੱਤੂ ਪੀਲਾ ਕੀ ਕਰਦੇ ਆ ਮਾਂ ਪੁੱਤ ਪਿੱਛੇ ਮੰਮੀ ਦੇ ਵਾਲ ਪੱਟਦਾ ਹੀ ਤੈਨੂੰ ਹੋਰ ਕੋਈ ਕੰਮ ਨੀ ਹੈ ਓਏ ਤੈਨੂੰ ਵਿਹਲੇ ਨੂੰ ਕੰਮ ਨੀ ਕੋਈ ਹੋਰ ਕੰਜਰੋ ਬਹੁਤ ਪਹਿਲਾਂ ਸਹੀ ਹੋਵੋ ਹਾਂ ਕੀ ਖਾਧਾ ਤੁਸੀਂ ਵਿਆਹ ਚ ਪਹਿਲਾਂ ਤੇ ਇਹ ਦੱਸੋ ਬਹੁਤ ਕੁਝ ਖਾਧਾ ਅੱਛਾ ਵਾਧੂ ਕੁਝ ਖਾਧਾ ਚਲੋ ਬਈ ਇਹਨਾਂ ਨੇ ਬਹੁਤ ਕੁਝ ਖਾਧਾ ਤੇ ਹੁਣ ਆ ਗਏ ਬਈ ਘਰੇ ਤਾਏ ਹੁਣਾਂ ਘਰੇ ਆ ਗਏ ਜੋ ਵੀ ਜਿੰਨਾ ਕੁ ਵਲੌਗ ਬਣਿਆ ਸੀ ਆਪਾਂ ਬਣਾਇਆ ਚਲੋ ਬਸ ਵਿਆਹ ਤੋਂ ਹੋ ਕੇ ਹੁਣ ਅਸੀਂ ਪਹੁੰਚ ਗਏ ਮੋਟਰ ਤੇ ਇੱਥੇ ਲੈਣ ਆਏ ਆ ਪੱਠੇ ਪਹਿਲਾਂ ਤਾਂ ਕੱਪੜੇ ਕੁੱਪੜੇ ਬਦਲੇ ਆ ਪੱਠੇ ਤੇਲੋ ਲਿਆਉਣ ਵਾਲੇ ਰਹਿੰਦੇ ਸੀ ਤੇ ਹੁਣ ਆਪਾਂ ਜਲਦੀ ਜਲਦੀ ਪੱਠੇ ਵਾੜ ਲੈਂਦੇ ਹਾਂ ਤੇ ਅੱਜ ਡੈਡੀ ਹੁਣਾਂ ਨੇ ਵੀ ਆ ਜਾਣਾ ਵਾ ਵੈਸੇ ਤੇ ਚਲੋ ਆਉਣਾ ਸੀ ਮੰਗਲਵਾਰ ਅੱਜ ਸੋਮਵਾਰ ਆ ਅੱਜ ਹੀ ਆ ਜਾਣਾ ਵੈਸੇ ਵਿਆਹ ਤੋਂ ਆਣ ਕੇ ਅਸੀਂ ਪੱਠੇ ਲੈ ਕੇ ਆਏ ਹੁਣੇ ਹੁਣੇ ਦੇਖੋ ਹੁਣ ਪਾਉਣ ਲੱਗੇ ਸੀਗੇ ਤੇ ਇੱਧਰ ਮੰਮੀ ਹੁਣੀ ਕੱਪੜੇ ਜੋੜਨ ਡਏ ਆ ਜਿਹੜੇ ਕਿ ਘਰੇ ਘੁਰੇ ਪਾਈਦੇ ਆ ਤੇ ਧੋਤੇ ਸੀਗੇ ਜੋੜਨ ਡਏ ਤੇ ਅੱਜ ਭਾਜੀ ਹੁਣਾਂ ਕਦੋਂ ਕੋਣਾ ਮੰਮੀ ਬਸ ਆ ਹੀ ਜਾਣਾ ਉਹਨਾਂ ਨੇ ਘੰਟੇ ਕੁ ਤੱਕ ਆ ਜਾਣਗੇ ਹਨਾ ਹਨਾ ਇੰਨੇ ਕੁ ਟਾਈਮ ਤੱਕ ਆ ਜਾਣਗੇ ਰਾਤ ਪੈ ਗਈ ਆ ਤਾਂ ਤੁਹਾਨੂੰ ਪਤਾ ਅਸੀਂ ਵਿਆਹ ਤੇ ਗਏ ਸੀ ਰਮਨ ਹੁਣੀ ਵਾਪਸ ਆ ਗਏ ਘਰੇ ਤੇ ਚਲੋ ਬਈ ਇੱਥੇ ਬੈਠੇ ਆ ਘੁੰਮ ਫਿਰ ਆਏ ਫਿਰ ਅੱਛਾ ਮਜ਼ਾ ਆਇਆ ਫਿਰ ਬੜਾ ਮਜ਼ਾ ਆਇਆ ਅੱਛਾ ਹੈ ਬਈ ਦੱਸਦੇ ਉਹਨਾਂ ਨੂੰ ਦੱਸਦੇ ਮਜ਼ਾ ਆਇਆ ਨਾ ਮੇਰੇ ਸਾਰਿਆਂ ਨੂੰ ਇਹ ਤਾਂ ਕਾਲਟੂ ਨਹੀਂ ਬੜੇ ਚੱਕੀ ਪੈਂਦਾ ਹੈ ਉੱਥੇ ਵੀ ਖੁਸ਼ ਹੋ ਕੇ ਤੇ ਹਨਾ ਇਹ ਚੋਰੀ ਕਰਜੋ ਕੀਤੀ ਨਹੀਂ ਚੱਜ ਨਾਲ ਚੋਰ ਨੇ ਗੱਡੀ ਭਰ ਲੈਣੀ ਐਨੇ ਕਾਲਟੂਨ ਕਿੱਥੋਂ ਕਿੱਥੋਂ ਲਏ ਆ ਉਹ ਕੱਢ ਕੱਢ ਕੇ ਐ ਰੱਖ ਦਿੰਦਾ ਹੈ ਟੇਬਲ ਤੇ ਇਹ ਸਾਰੇ ਮੇਰੇ ਆ ਇਹ ਨਵੀਂ ਵੈਰਾਈਟੀ ਵੇਖਦਾ ਹਾਂ ਵੈਰਾਈਟੀ ਵੇਖਦਾ ਕਿ ਆ ਖਰਗੋਸ਼ ਫੜ ਲੈ ਰੋਟੀ ਖਾਈ ਲੱਤਾਂ ਦੇ ਨਾਲ ਆਪਣਾ ਰੋਟੀ ਖਾ ਲੈਂਦੇ ਕੋਈ ਨਹੀਂ 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 ਉਹ ਚਾਹੁੰਦਾ ਵਾ ਨਾ ਲੱਤਾਂ ਰਹਿਣ ਹਾਂ ਵੈਸੇ ਆਣ ਦਾ ਆਪਾਂ ਨੂੰ ਮੌਂਕੀ ਉਹ ਚਲਾਇਆ ਵਾ ਸੈੱਲ ਦੂਜੇ ਪੈਂਦੇ ਆ ਹੁਣ ਦੇਖਦੇ ਆ ਵੇਖਿਓ ਖੁਸ਼ ਕੋਈ ਹੋਇਆ ਅੱਗੇ ਭੱਜ ਕੇ ਅੰਦਰ ਆਇਆ ਰਮਨ ਨਾ ਵੇਖਾ ਕਰਦਾ ਕੀ ਕਿ ਨਹੀਂ ਕੋਈ ਚੱਕਰ ਕਿਉਂ ਨਾ ਪੰਗੇ ਲੈਣ ਡਈ ਰਮਨ ਪਿਆਰਾ ਬੰਦ ਆਵੇ ਉਰੇ ਆਵੇ ਚੱਲ ਗਿਆ
ਚੱਲ ਗਿਆ ਚੱਲ ਗਿਆ ਓ ਵੇ ਬਾਂਦਰ ਚੱਲ ਗਿਆ ਚਲਾ ਓ ਵੇਖੀ ਬਹੁ ਬਹੁ ਕੋ ਚਲੋ ਬਈ ਇੱਥੇ ਬਣੂਗਾ ਬਾਹਰ ਪੀਜ਼ਾ ਇੱਥੇ ਬਣਾਉਣ ਲੱਗੇ ਬਾਹਰ ਆਪਾਂ ਚਟਾਈਆਂ ਚਟੂਈਆਂ ਵਿਛਾਵਾਂਗੇ ਤੇ ਬਾਕੀ ਆਵੇ ਸਾਰਾ ਸਮਾਨ ਤੁਹਾਨੂੰ ਦਿਖਾਉਣਾ ਪੂਰੇ ਆ ਅੱਠ ਪੀਜ਼ੇ ਮਤਲਬ ਅੱਠ ਡੋ ਆ ਅਤੇ ਬਾਕੀ ਸਮਾਨ ਇਹਦੇ 'ਚ ਇਹਦੇ 'ਚ ਸਮਾਨ ਆ ਜੋ ਜੋ ਉੱਤੇ ਪੈਂਦਾ ਸਾਰਾ ਕੁਛ ਆ ਆਹ ਤਾਂ ਨਾ ਹੀ ਕੱਢ ਗਏ ਡੇਗੀ ਨਾ ਪਵੇ ਅਤੇ ਪੀਜ਼ੇ ਲਈ ਹੁੰਦਾ ਪਿਆ ਸਬਜ਼ੀਆਂ ਕਟਿੰਦੀਆਂ ਪਈਆਂ ਵਾ ਸਾਰੀਆਂ ਅਤੇ ਚਲੋ ਰਮਨ ਤਰੱਜੀ ਕੱਢਦੀਆਂ ਪਈਆਂ ਉੱਧਰ ਅਸੀਂ ਲੱਕੜਾਂ ਕੱਢਦੇ ਸੀ ਲੱਕੜਾਂ ਦੀ ਸੈਟਿੰਗ ਹੀ ਨਹੀਂ ਆਈ ਲੱਕੜਾਂ ਦੀ ਵੱਢਦੇ ਰਹੇ ਗਰੈਂਡਰ ਨਾਲ ਸੈਟਿੰਗ ਨਹੀਂ ਆਈ ਅਸੀਂ ਕਿਹਾ ਲੱਕੜਾਂ ਖੁਦ ਹੀ ਲੈ ਆਉਣੇ ਆਪਾਂ ਚਰੀਆਂ ਚਰਾਈਆਂ ਤਾਂ ਕਿ ਉਹ ਉੱਥੇ ਆਪਾਂ ਬਣਾਵਾਂਗੇ ਪੀਜ਼ਾ ਚੱਲ ਗਏ ਚੱਲ ਗਏ ਬੈਠਾ ਹੀ ਵੇਖੀ ਉਹ ਕਿੱਥੇ ਬੈਠਾ ਉਹ ਦਿਖਦਾ ਹੀ ਨਹੀਂ ਬਾਏ ਮੇਕੋ ਡਰਿਆ ਬੈਠਾ ਵਿੱਚ ਕਹਿੰਦਾ ਉਹਨਾਂ ਕਰੇ ਕੀ ਨੂੰ ਲਈ ਜਾਂਦੇ ਆ ਉੱਤੇ ਕੀ ਦਿੱਤਾ ਸਿਰ ਤੇ ਇਹ ਟੋਪੀ ਦਿੱਤੀ ਵੀ ਠੰਡ ਨਾ ਲੱਗੇ ਹੁਣ ਆਪਾਂ ਲੱਕੜਾਂ ਮਤਲਬ ਬਾਲਣ ਲੈਣ ਚੱਲੇ ਆ ਪੀਜ਼ਾ ਬਣਾਉਣ ਵਾਸਤੇ ਕਿਉਂਕਿ ਬਰੀਕ ਬਰੀਕ ਛੋਟੀਆਂ ਛੋਟੀਆਂ ਲੱਕੜਾਂ ਲੈਣਾ ਉਹ ਤਾਂ ਘਰੇ ਵੱਢਦੇ ਰਹੇ ਉਹ ਸੈਟਿੰਗ ਨਹੀਂ ਆਈ ਅਸੀਂ ਕਿਹਾ ਚਲੋ ਲੈ ਆਉਣੀ ਚਲੋ ਇੱਧਰ ਆਪਾਂ ਲੱਕੜਾਂ ਕਟਾਉਣ ਆਏ ਆ ਹੁਣ ਗੁੱਲੀਆਂ ਛੁੱਟੀਆਂ ਛੁੱਟੀਆਂ ਇੱਧਰ ਹਿਆਨ ਵੇਂਦਾ ਪਿਆ ਇੱਥੇ ਕੀ ਬਣਦਾ ਪਿਆ ਹੈ ਧਿਆਨ ਵੇਖੋ ਕਿੰਨਾ ਬਸ ਚੁੱਪ ਕਰਕੇ ਇੱਥੇ ਟਿਕਿਆ ਰਹਿਣਾ ਚੰਗਾ ਹਿਆਨ ਵੇਖਦਾ ਪਿਆ ਵੀ ਇਹ ਕੀ ਕਰਦੇ ਪਏ ਆ ਪੀਜ਼ੇ ਪਾਜ਼ੇ ਬਣਾਉਣ ਲੱਗੇ ਹਨੇਰਾ ਬਹੁਤ ਚਾਨਣ ਕਰਾਂ ਆ ਲੈ ਬਾਈ ਆਪਾਂ ਲਾਈਟਾਂ ਲਾਤੀਆਂ ਘੈਂਟ ਘੈਂਟ ਕੰਮ ਕਰਤਾ ਇੱਥੇ ਹੁਣ ਨਜ਼ਾਰਾ ਬਣ ਗਿਆ ਕੰਮ ਹੁਣ ਬਣੂ ਪਾਲਟੀ ਵਾਲਾ ਪੂਰਾ ਮਾਹੌਲ ਹੈ ਲਾਈਟਾਂ ਤਾਂ ਵਾਧੂ ਆਪਣੇ ਕੋਲ ਦੂਸਰੀ ਵੀ ਪਈ ਪਰ ਅਸੀਂ ਆਪ ਹੀ ਨਹੀਂ ਜਗਾਉਂਦੇ ਲੈ ਇੱਥੇ ਤਾਂ ਚਾਨਣ ਹੀ ਚਾਨਣ ਚਾੜਤਾ ਬਈ ਆ ਤਾਂ ਘੈਂਟ ਵਿਊ ਬਣ ਗਿਆ ਹੈ ਇਹ ਤਾਂ ਐਂਡ ਵਿਊ ਬਣ ਗਿਆ ਇਹ ਤਾਂ ਮੂਵੀ ਬਣਨ ਨੂੰ ਬਣ ਗਿਆ ਇੱਥੇ ਬਣੀ ਗੱਲ ਇਹ ਕਿੱਥੋਂ ਮਿਲ ਗਿਆ ਏ ਇਹ ਤਾਂ ਬੜੀ ਹੈ ਤੂੰ ਡਿੱਗਦਾ ਉਹਦੇ ਉੱਤੇ ਫੇਰ ਕੋਈ ਨੀ ਜੇ ਆਹ ਡਿੱਗਦਾ ਫੇਰ ਆਪਦਾ ਫਿਕਰ ਹੀ ਨਹੀਂ ਛੱਡ ਦੇ ਤੇਰੇ ਹੱਥ ਚ ਤਾਂ ਆ ਗਿਆ ਤੂੰ ਗਵਾ ਲੈਣਾ ਬਈ ਹਿਆਨ ਸਾਹਮਣੇ ਪਗਾਨਾ ਚੱਲ ਹੁਣ 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 ਫਿਰ ਕਰੀ ਹੋਏ ਫਿਰ ਡਾਓ ਡਾਓ ਤਾਂ ਨੂੰ ਛੱਡ ਦੇ ਤਾਂ ਨੂੰ ਡਾ ਛੱਡ ਗਾਇਸ ਇੰਨਾ ਜ਼ਿਆਦਾ ਖੁਸ਼ ਹੋਣਾ ਪਗਾਨਿਆਂ ਤੋਂ ਆਹ ਪਗਾਨੇ ਆ ਤੇ ਪੀਜ਼ੇ ਹਜੇ ਹੋਣ ਵਾਲੇ ਆ ਟਾਈਮ ਬਹੁਤ ਲੱਗਦਾ ਪਿਆ ਅੱਜ ਚਲੋ ਲੇਟ ਹੀ ਖਾਣੇ ਪੀਜ਼ੇ ਚੱਲ ਤੂੰ ਹਾਂ ਖੁਸ਼ ਕਿੰਨਾ ਹੁੰਦਾ ਹੀ ਓਏ ਹੁਣ ਦਾਦੀ ਦਾਦੀ ਇੱਕ ਵਾਰੀ ਇਹਨੂੰ ਵਿਖਾਈ
ਪੂਰਾ ਕਰੰਚੀ ਬਣਿਆ ਹਨਾ ਨਾ ਉਤੋਂ ਵੀ ਜ਼ਿਆਦਾ ਵਾ ਕਰੰਚੀ ਲੱਗਦਾ ਪਰਲਾ ਹਾਂ ਜੀ ਤੁਹਾਡੇ ਸੇਮ ਹੁੰਦੇ ਨਹੀਂ ਆ ਤਾਂ ਬਹੁਤ ਘੈਂਟ ਬਣੀ ਕਿਵੇਂ ਆਪਣਾ ਸਵਾਦ ਦੱਸੋ ਬਹੁਤ ਜ਼ਿਆਦਾ ਸਵਾਦ ਆ ਪੂਰੀ ਪਿਘਲ ਪਿਘਲ ਹਨਾ ਪਿਘਲ ਪਿਘਲ ਕੇ ਖਰਾਬ ਬਹੁਤ ਵਧੀਆ ਚਲੋ ਗਾਇਸ ਜੇ ਤੁਸੀਂ ਇਹ ਪੀਜ਼ਾ ਵੇਖਣਾ ਵੀ ਕਿੱਦਾਂ ਬਣਾਇਆ ਵਾ ਹਨਾ ਕਿਹੜੇ ਤਰੀਕੇ ਨਾਲ ਇਹ ਅਲੱਗ ਤਰੀਕੇ ਨਾਲ ਬਣਾਇਆ ਵਾ ਜੇ ਤੁਸੀਂ ਇਹ ਵੇਖਣਾ ਚਾਹੁੰਦੇ ਹੋ ਤੁਸੀਂ ਹੈਲਦੀ ਫੈਮਿਲੀ 'ਤੇ ਦੇਖ ਲਿਓ ਪੀਜ਼ਾ ਬਹੁਤ ਘੈਂਟ ਬਣਿਆ ਸੀ ਮੈਂ ਪ੍ਰੋਪਰ ਬਸ ਤੁਹਾਨੂੰ ਇਹ ਵਿਖਾਇਆ ਵੀ ਕਿੱਦਾਂ ਦਾ ਬਣਿਆ ਬਹੁਤ ਘੈਂਟ ਬਣਿਆ ਸੀ ਸਵਾਦ ਵੀ ਐਂਡ ਸੀ ਪੂਰਾ ਅਤੇ ਜੇ ਫੁੱਲ ਵੇਖ ਵੀਡੀਓ ਵੇਖਣੀ ਤਾਂ ਹੈਲਦੀ ਫੈਮਿਲੀ 'ਤੇ ਵੇਖ ਲਿਓ ਅਤੇ ਚਲੋ ਹੁਣ ਆਪਾਂ ਵਲੋਗ ਦਾ ਵੀ ਐਂਡ ਕਰ ਦਿੱਤੀ ਤੁਹਾਨੂੰ ਵਧੀਆ ਲੱਗਾ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਗਲੇ ਵਲੋਗ ਦੇ ਵਿੱਚ ਬਾਏ